ਚੋਣ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਨੂੰ ਕੀਤਾ ਜਾਵੇਗਾ ਪੂਰਾ। ਸੁਖਜਿੰਦਰ ਰੰਧਾਵਾ। ਕਾਂਗਰਸ ਵੱਲੋਂ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ 'ਤੇ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਹਰ ਵਰਗ ਨੂੰ ਛੂੰਦੇ ਹੋਏ ਦੇਸ਼ ਨੂੰ ਵਿਕਾਸ ਵੱਲ ਵਧਾਵੇਗਾ ਅਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਕਿਸਾਨਾਂ ਦਾ ਕਿਹਾ ਕਿ ਇਹਨਾਂ ਲਈ ਇੱਕ ਵੱਖਰਾ ਬਜਟ ਤਿਆਰ ਕੀਤਾ ਜਾਏਗਾ। ਇਹ ਸਭ ਤੋਂ ਜਿਹੜਾ ਐਪਰੀਸ਼ੀਏਬਲ ਗੱਲ ਹੈ ਕਿ ਕਿਸਾਨ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਲਈ ਐਕਚੁਅਲੀ ਕੀਤਾ ਕੀ ਹੈ ਸਰਕਾਰ ਨੇ ਅਤੇ ਕਰਨ ਕੀ ਜਾ ਰਹੀ ਹੈ। ਅਤੇ ਜੇ ਇੱਕ ਸੈਪਰੇਟ ਬਜਟ ਹੋਏਗਾ ਤਾਂ ਉਹਦੇ 'ਚ ਕਿਸਾਨਾਂ ਨੂੰ ਪਤਾ ਹੈ ਕਿ ਸਾਡੀ MSP ਕੀ ਹੈ, ਸਾਡੇ ਖਰਚੇ ਕੀ ਨੇ, ਸਾਡੇ ਲੋਨ ਦਾ ਕਿਵੇਂ ਸਿਸਟਮ ਚੱਲੇਗਾ। ਇਹ ਜਿਹੜੀ ਇਹ ਬੜੀ ਵੱਡੀ ਰਾਹਤ ਕਿਸਾਨਾਂ ਨੂੰ ਮਿਲੇਗੀ ਔਰ ਇਹ ਮੇਰੇ ਖਿਆਲ ਹੈ ਕਿ ਜਿਹੜੇ ਕਾਂਗਰਸ ਨੇ ਇਹ ਵਾਅਦਾ ਕੀਤਾ ਇਹਨੂੰ ਗਵਰਨਮੈਂਟ ਆਉਣ 'ਤੇ ਪੂਰਾ ਕੀਤਾ ਜਾਏਗਾ। ਅਤੇ ਕਿਸਾਨੀ ਜਿਹੜੀ ਡੈਟ ਵਿੱਚ ਜਾਂ ਨੋਨ ਪ੍ਰੋਫਿਟੇਬਲ ਜਿਹੜੀ ਇਹਨੂੰ ਗੱਲ ਮੰਨਿਆ ਗਿਆ ਉਹਦੇ 'ਚੋਂ ਅਸੀਂ ਬਾਹਰ ਜ਼ਰੂਰ ਨਿਕਲਾਂਗੇ। ਦੂਸਰੇ ਜਿਹੜੇ ਇਹਨਾਂ ਨੇ ਕਿਹਾ ਕਿ GST 'ਤੇ ਕਰਾਂਗੇ, ਵਾਕਿਆ ਜਿਹੜਾ GST ਦੇ ਵਿੱਚ ਗਬਟਸ ਟੈਕਸ ਉਹਦਾ ਨਾਂ ਦਿੱਤਾ ਕਾਂਗਰਸ ਨੇ, ਅਤੇ ਇਹਦੇ ਜਿਹੜਾ ਉਹਨਾਂ ਕਿਹਾ ਕਿ ਅਸੀਂ ਇਹਦੀ ਸੰਸ਼ੋਧਨ ਕਰਕੇ ਇਹਨੂੰ ਦੁਬਾਰਾ ਲੈ ਕੇ ਆਵਾਂਗੇ। ਪਹਿਲਾਂ ਵੀ ਸਾਡੇ ਜਿਹੜੇ ਪੰਜਾਬ ਦੇ ਮਿਨਿਸਟਰ ਨੇ ਮਨਪ੍ਰੀਤ ਬਾਦਲ, ਉਹਨਾਂ ਨੇ ਕਈ ਵਾਰਾਂ GST ਕੌਂਸਲ 'ਚ ਗੱਲ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਕਿਸੇ ਨੇ ਸੁਣਿਆ ਨਹੀਂ। ਅਤੇ ਕਾਂਗਰਸ ਆਉਣ 'ਤੇ ਇਹਦਾ ਐਮੈਂਡਮੈਂਟ ਹੋਣੀ ਬਹੁਤ ਜ਼ਰੂਰੀ ਹੈ ਕਿ ਸਰਕਾਰਾਂ ਦੇ ਕੋਲ ਅੱਜ ਜੋ ਹਾਲਾਤ ਨੇ ਉਹਦੇ 'ਚ GST ਦੀ ਬਹੁਤ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ। ਜਿਵੇਂ ਉਹਨਾਂ ਦੱਸਿਆ ਕਿ 10 ਲੱਖ ਆਰਮੀ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੀ ਨੌਜਵਾਨ ਨੂੰ ਦਿੱਤੀ ਜਾਏਗੀ। ਜਿੰਨੀਆਂ ਨੌਕਰੀਆਂ ਸਰਕਾਰੀ ਪਈਆਂ ਨੇ ਇਹ ਸਾਨੂੰ ਇਮੀਡੀਏਟਲੀ ਭਰਨੀਆਂ ਚਾਹੀਦੀਆਂ ਔਰ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ। ਜਿਹੜੀ ਦੂਸਰੀ ਉਹਨਾਂ ਨੇ ਕਹੀ ਹੈ ਕਿ ਜਿਹੜੀ ਕਰਜ਼ ਮਾਫ਼ੀ ਵਾਲੀ ਗੱਲ ਹੈ, ਪੰਜਾਬ ਗਵਰਨਮੈਂਟ ਨੇ ਪਹਿਲਾਂ ਹੀ ਇਹਦੇ 'ਚ ਕਰਜ਼ ਮਾਫ਼ੀ 'ਚ ਆਪਣੀ ਪਹਿਲਕਦਮੀ ਕਰ ਦਿੱਤੀ ਔਰ ਜਿੱਥੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਨੇ ਉਹਨਾਂ ਨੇ ਵੀ ਕੀਤਾ। ਜਿਹੜੇ ਉਹਨਾਂ ਲਿਖਿਆ ਕਿ ਜਿਹੜੇ ਖੇਤ ਮਜ਼ਦੂਰ ਅਤੇ ਜਾਂ SC ਨੇ ਉਹ ਸਾਡੇ ਪੰਜਾਬ ਦੇ ਵਿੱਚ ਉਹ ਵੀ ਉਹਨਾਂ ਦੇ ਕਾਂਗਰਸ ਹਾਈ ਕਮਾਂਡ ਦੀ ਕੰਸਲਟੇਸ਼ਨ ਦੇ ਨਾਲ ਅਸੀਂ ਜਿਹੜੇ ਕੋਆਪਰੇਟਿਵ ਸੋਸਾਇਟੀਜ਼ ਦੇ ਲੋਨ ਸੀਗੇ ਉਹਨਾਂ ਨੂੰ 25,000 ਰੁਪਏ ਤੱਕ ਉਹ ਅਸੀਂ SC ਔਰ ਲੈਂਡਲੈਸ ਜਿਹੜੇ ਨੇ ਉਹਨਾਂ ਦੇ ਮਾਫ਼ ਕਰ ਦਿੱਤੇ। ਜੇ ਪੂਰੇ ਜਦੋਂ ਹਿੰਦੁਸਤਾਨ 'ਚ ਚੀਜ਼ ਆ ਗਈ ਤਾਂ ਬੜਾ ਵੱਡਾ ਇੱਕ ਰੈਵੋਲਿਊਸ਼ਨ ਆਏਗਾ ਔਰ ਬੜੀ ਵੱਡੀ ਰਾਹਤ ਦਿੱਤੀ ਜਾਵੇਗੀ। ਜਿਹੜਾ ਨਾਲ ਉਹਨਾਂ ਕਿ ਐਜੂਕੇਸ਼ਨ ਹੈਲਥ ਦੋ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਬਾਕੀ ਸਾਰੇ ਕੰਮ ਛੱਡ ਕੇ ਐਜੂਕੇਸ਼ਨ ਐਂਡ ਹੈਲਥ ਦੇ ਉੱਤੇ ਕਰਕੇ ਇਹ ਦੋ ਚੀਜ਼ਾਂ ਨੂੰ ਸਾਨੂੰ ਅੱਗੇ ਲੈ ਕੇ ਜਾਣਾ ਪਵੇਗਾ। ਤਾਂ ਹੀ ਹੋ ਸਕਦਾ ਜੇ ਵਿਜ਼ਨ ਤੁਹਾਡਾ ਹੋਏਗਾ ਅਤੇ ਅਸੀਂ ਹਿੰਦੁਸਤਾਨ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਅੱਗੇ ਲੈ ਕੇ ਜਾਣਾ। ਜਿਹੜਾ ਇਹ ਕਿਹਾ ਕਿ +2 ਤੱਕ ਜਿਹੜੀ ਹੈ, ਫਸਟ ਤੋਂ ਲੈ ਕੇ +2 ਤੱਕ ਜਿਹੜੀ ਐਜੂਕੇਸ਼ਨ ਫ੍ਰੀ ਕੀਤੀ ਜਾਏਗੀ, ਇਹ ਬੜੀ ਐਪਰੀਸ਼ੀਏਬਲ ਔਰ ਵਧਾਈ ਵਾਲੀ ਗੱਲ ਹੈ ਕਿ ਕਿਸੇ ਨੂੰ ਵੀ ਇਹ ਨਾ ਰਹੇਗੀ ਕਿ ਅਸੀਂ ਕੀ ਫੀਸ ਜਿਹੜੀ ਵੱਧ ਦੇਣੀ ਘੱਟ ਦੇਣੀ, ਉਹਦੇ 'ਚ ਐਜੂਕੇਸ਼ਨ ਫ੍ਰੀ ਵਾਲਾ ਬੜਾ ਵੱਡਾ ਸਾਨੂੰ ਇਹ ਰਾਹਤ ਮਿਲੇਗੀ। ਕੁੱਲ ਮਿਲਾ ਕੇ ਜੇ ਅਸੀਂ ਕਹੀਏ ਕਿ ਇਹ ਜਿਹੜਾ ਇਹਨਾਂ ਨੇ ਮੈਨੀਫੈਸਟੋ 15 ਕਿੰਨੇ ਪੁਆਇੰਟ ਨੇ ਉਹ ਬੜਾ ਇੱਕ ਛੋਟਾ ਔਰ ਬੜਾ ਐਕਸੈਪਟੇਬਲ ਅਤੇ ਲੋਕਾਂ ਨੂੰ ਦਿਖਾਉਣ ਵਾਲਾ ਔਰ ਜਿਹਨੂੰ ਬਹੁਤ ਜਲਦੀ ਅਸੀਂ ਕਰ ਸਕਦੇ ਇਹੋ ਜਿਹਾ। ਇਹ ਜਿੱਦਾਂ ਉਹਨਾਂ ਮੋਦੀ ਸਾਹਿਬ ਨੇ ਕਿਹਾ ਸੀ 15 ਲੱਖ ਭੇਜੂੰਗਾ ਮੈਂ, 2 ਕਰੋੜ ਨੌਕਰੀ ਸਾਲ ਦੀ ਦਿਆ ਕਰਾਂਗਾ, ਇਹ ਝੂਠੇ ਵਾਅਦੇ ਨਹੀਂ। ਔਰ ਜੋ ਕਾਂਗਰਸ ਨੇ ਜੋ ਕਿਹਾ ਉਹਨੂੰ ਕਰਕੇ ਦਿਖਾਇਆ। ਇਸੇ ਤਰ੍ਹਾਂ ਜਿਵੇਂ ਪੰਜਾਬ ਦੇ ਵਿੱਚ ਸਾਡੀ ਗਵਰਨਮੈਂਟ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਪੂਰੇ ਕੀਤੇ ਨੇ ਔਰ ਕਰਨ ਦੀ ਹੋਰ ਜਿਹੜੇ ਅੱਗੇ ਅਸੀਂ ਜਾ ਰਹੇ ਹਾਂ। ਇਸੇ ਤਰ੍ਹਾਂ ਜਿਹੜਾ ਆਲ ਇੰਡੀਆ ਲੈਵਲ 'ਤੇ ਹੋਏਗਾ ਉਹਦੇ 'ਚ ਵੀ ਅਸੀਂ ਆਪਣੇ ਵਾਅਦੇ 'ਤੇ ਪੂਰੇ ਉਤਰਾਂਗੇ।